ਰਾਜਕਰਨ ਸਿੰਘ ਹੈ ਜੀ ਮੈਂ ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਇਹ ਮੇਰੇ ਮਦਰ ਇਨ ਲਾਅ ਹੈ ਅਤੇ ਮੇਰੇ ਵਿਆਹ ਨੂੰ ਤਕਰੀਬਨ 12 ਸਾਲ ਹੋ ਗਏ ਅਤੇ ਅਸੀਂ ਬਹੁਤ ਜਗ੍ਹਾ ਤੋਂ ਇਲਾਜ ਕਰਾਇਆ ਜੀ ਅੰਮ੍ਰਿਤਸਰ ਤੋਂ ਵੀ ਤਰਨ ਤਾਰਨ ਤੋਂ ਵੀ ਹੋਰ ਵੀ ਜਿੱਥੇ ਕਿਸੇ ਨੇ ਦੱਸਿਆ ਉੱਥੇ ਫਿਰ ਅਸੀਂ ਜਲੰਧਰ ਵੀ ਇੱਕ ਦੋ ਹਸਪੀਟਲ ਦੇ ਵਿੱਚ ਇਲਾਜ ਕਰਾਇਆ ਫਿਰ ਸਾਡੇ ਪਿੰਡ ਤੋਂ ਹੀ ਸਾਡੇ ਲਾਗੇ ਗੁਆਂਢੀ ਸੀ ਉਹਨਾਂ ਦੇ ਵੀ ਦੋ ਬੇਟੇ ਹੋਏ ਸੀ ਇੱਥੇ ਵਰਦਾਨ ਹੋਸਪਿਟਲ ਤੋਂ ਉਹਨਾਂ ਨੇ ਸਾਨੂੰ ਦੱਸਿਆ ਫਿਰ ਅਸੀਂ ਇੱਥੇ ਆਏ ਇੱਥੇ ਫਿਰ ਡਾਕਟਰ ਸਾਹਿਬ ਨੇ ਸਾਡੇ ਨਾਲ ਬਹੁਤ ਵਧੀਆ ਸਾਡਾ ਇਲਾਜ ਸ਼ੁਰੂ ਕੀਤਾ ਜੀ ਅਤੇ ਪਹਿਲਾ ਹੀ ਚਾਂਸ ਲਿਆ ਅਤੇ ਪਹਿਲੀ ਵਾਰੀ ਮਹਾਰਾਜ ਦੀ ਕਿਰਪਾ ਨਾਲ ਬੇਟਾ ਹੋਇਆ ਜੀ ਕੱਲ੍ਹ ਅਤੇ ਬਹੁਤ ਵਧੀਆ ਸਟਾਫ ਆ ਜੀ ਬਹੁਤ ਵਧੀਆ ਡੀਲ ਕੀਤਾ ਸਾਰਿਆਂ ਨੇ ਕੋਆਪਰੇਟਿਵ ਸਟਾਫ ਆ ਸਾਰਾ ਜੀ ਹਾਂਜੀ ਅਸੀਂ ਜਿਸ ਦਿਨ ਪਹਿਲੇ ਦਿਨ ਵਰਦਾਨ ਹੋਸਪਿਟਲ ਆਏ ਅਸੀਂ ਡਾਕਟਰ ਸਾਹਿਬ ਨੂੰ ਮਿਲੇ ਡਾਕਟਰ ਸਾਹਿਬ ਨੇ ਸਾਨੂੰ ਬਹੁਤ ਕਲੀਅਰਲੀ ਦੱਸਿਆ ਜੀ ਕਿਸ ਤਰ੍ਹਾਂ ਸਾਡਾ ਇਲਾਜ ਹੋਣਾ ਅਤੇ ਕਿਹੜਾ ਪ੍ਰੋਸੈਸ ਚੱਲਣਾ ਵਾ ਅਤੇ ਬਿਲਕੁਲ ਕੋਈ ਗੱਲ ਲੁਕਾਈ ਛਪਾਈ ਨਹੀਂ ਗਈ ਡਾਕਟਰ ਸਾਹਿਬ ਵੱਲੋਂ ਜਿਸ ਤਰ੍ਹਾਂ ਉਹਨਾਂ ਕਿਹਾ ਉਸ ਤਰ੍ਹਾਂ ਹੀ ਇਲਾਜ ਕੀਤਾ ਗਿਆ ਅਤੇ ਬਹੁਤ ਵਧੀਆ ਅਸੀਂ 9 ਮਹੀਨੇ ਸਾਡੀ ਬਹੁਤ ਕੇਅਰ ਹੋਈ ਜੀ ਇੱਥੇ ਅਤੇ ਜਿਸ ਦਾ ਸਾਨੂੰ ਕੱਲ੍ਹ ਰਿਜ਼ਲਟ ਮਿਲਿਆ ਮੇਰੀ ਸਿਸਟਰ ਇਨ ਲਾਅ ਆ ਜੀ ਬਟਾਲੇ ਤੋਂ ਆ ਬਟਾਲੇ ਉਹਨਾਂ ਦਾ ਵਿਆਹ ਹੋਇਆ ਉਹਨਾਂ ਨੂੰ ਵੀ ਅਸੀਂ ਜਿਸ ਦਿਨ ਸਾਡਾ ਪੋਜ਼ਿਟਿਵ ਰਿਪੋਰਟ ਆਈ ਅਸੀਂ ਉਹਨਾਂ ਨੂੰ ਵੀ ਰਿਕਮੈਂਡ ਕੀਤਾ ਉਹਨਾਂ ਨੇ ਵੀ ਇੱਥੋਂ ਇਲਾਜ ਸ਼ੁਰੂ ਕਰਾਇਆ ਅਤੇ ਉਹਨਾਂ ਦੇ ਵੀ ਅੱਜ 5 ਮਹੀਨੇ ਹੋ ਗਏ ਆ ਰਿਪੋਰਟ ਪੋਜ਼ਿਟਿਵ ਆ ਅਤੇ ਬਹੁਤ ਵਧੀਆ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਇੱਥੋਂ ਅਸੀਂ ਸਾਰੇ ਵੀਰਾਂ ਭਰਾਵਾਂ ਨੂੰ ਜਿਨ੍ਹਾਂ ਦੇ ਘਰ ਬੱਚਾ ਨਹੀਂ ਹੈਗਾ ਸਾਰਿਆਂ ਨੂੰ ਰਿਕਮੈਂਡ ਕਰਦੇ ਹਾਂ ਬੇਨਤੀ ਕਰਦੇ ਹਾਂ ਵੀ ਇੱਕ ਵਾਰ ਤੁਸੀਂ ਵਰਦਾਨ ਮੈਡੀਕਲ ਸੈਂਟਰ ਜਲੰਧਰ ਵਿਖੇ ਆ ਕੇ ਆਪਣਾ ਇਲਾਜ ਜ਼ਰੂਰ ਸ਼ੁਰੂ ਕਰਾਓ ਡਾਕਟਰ ਸਾਹਿਬ ਦੀ ਸਲਾਹ ਲਓ ਜ਼ਰੂਰ।